ਸਿੱਧੂ ਮੁਸੇਵਾਲਾ ਕਤਲकांड ਦੇ ਵਿੱਚ ਹੋ ਗਏ ਵੱਡੇ ਖੁਲਾਸੇ ਜੀ ਹਾਂ ਹੁਣ ਸਿੱਧੂ ਮੁਸੇਵਾਲਾ ਕਤਲकांड ਦੇ ਵਿੱਚ ਇੱਕ ਹੋਰ ਨਵਾਂ ਮੋੜ ਆਉਂਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਵਿੱਚੋਂ ਵੱਡੇ ਖੁਲਾਸੇ ਹੋਏ ਨੇ ਇਹ ਖੁਲਾਸੇ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਜੀ ਹਾਂ ਤੁਹਾਨੂੰ ਦੱਸਦੇ ਹਾਂ ਕਿ NIA ਦੇ ਵੱਲੋਂ ਲਗਾਤਾਰ ਜਾਂਚ ਪ੍ਰਕਿਰਿਆ ਜਾਰੀ ਹੈ ਹਾਲਾਂਕਿ ਜ਼ਿਕਰਯੋਗ ਹੈ ਕਿ ਸਿੱਧੂ ਮੁਸੇਵਾਲਾ ਨੂੰ ਇਸ ਦੁਨੀਆ ਤੋਂ ਗਿਆ ਨੂੰ 1 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਫਿਰ ਵੀ ਹਲੇ ਵੀ ਕਤਲ ਕਾਂਡ ਦੇ ਵਿੱਚ ਕੋਈ ਵੀ ਇਨਸਾਫ ਨਹੀਂ ਮਿਲਿਆ ਐਨਆਈਏ ਦੀ ਜਾਂਚ ਲਗਾਤਾਰ ਜਾਰੀ ਹੈ ਜੋ ਕਾਤਲ ਨੇ ਮਾਸਟਰਮਾਈਂਡ ਨੇ ਉਹਨਾਂ ਨੂੰ ਫੜਨ ਦੀ ਪ੍ਰਕਿਰਿਆ ਜਿਹੜੀ ਹੈ ਡੂੰਘਾਈ ਦੇ ਨਾਲ ਚੱਲ ਰਹੀ ਹੈ ਇੱਥੇ ਤੁਹਾਨੂੰ ਦੱਸਦੀ ਹਾਂ ਕਿ ਐਨਆਈਏ ਦੇ ਵੱਲੋਂ ਕੁਝ ਵਿੱਚ ਦੌਰਾਨ ਕੁਝ ਵੱਡੇ ਖੁਲਾਸੇ ਹੋਏ ਨੇ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹੋ ਗਏ ਦੱਸਦੇ ਕਿ ਸਿੱਧੂ ਮੁਸਿਆਰੇ ਨੂੰ ਮਾਰਨ ਦੇ ਵਾਸਤੇ ਜੋ ਹਥਿਆਰ ਇਸਤੇਮਾਲ ਕੀਤੇ ਗਏ ਸੀ ਉਹ ਪਾਕਿਸਤਾਨ ਤੋਂ ਆਏ ਸੀ ਜੀ ਹਾਂ ਇਸ ਦੀ ਪੁਸ਼ਟੀ ਹੋ ਚੁੱਕੀ ਹੈ ਨਹੀਂ ਇਹਦੀ ਜਾਂਚ ਦੌਰਾਨ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਨਹੀਂ ਦੱਸਦੇ ਕਿ ਸਿੱਧੂ ਮੁਸਿਆਰੇ ਦੇ ਕਤਲ ਤੋਂ ਬਾਅਦ ਇੰਨਾ ਖਤਰਨਾਕ ਹਥਿਆਰਾਂ ਤੇ ਸਵਾਲ ਚੁੱਕੇ ਜਾ ਰਹੇ ਸੀ ਕਿ ਇੰਨੇ ਖਤਰਨਾਕ ਹਥਿਆਰ ਆਖਰ ਪੰਜਾਬ ਦੇ ਵਿੱਚ ਆਏ ਕੀ ਬੇ ਸੋਨਾ ਹਥਿਆਰਾਂ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਦੱਸਦੇ ਕਿ ਇਹ ਜੋ ਖਤਰਨਾਕ ਹਥਿਆਰ ਨੇ ਇਹ ਹਮੀਦ ਨਾਮ ਦੇ ਵਿਅਕਤੀ ਦੇ ਵੱਲੋਂ ਪਾਕਿਸਤਾਨ ਤੋਂ ਇੱਥੇ ਪਹੁੰਚਾਏ ਗਏ ਸੀ ਜਿਸ ਦਾ ਸਿੱਧਾ ਸੰਬੰਧ ਸ਼ਾਹਬਾਜ਼ ਅंसारी ਦੇ ਨਾਲ ਹੈ ਸ਼ਾਹਬਾਜ਼ ਅंसारी ਦਾ ਨਾਮ ਕਿਤੇ ਨਾ ਕਿਤੇ ਜਿਹੜਾ 골ਡੀ ਬਰਾਡ ਤੇ ਲਾਰੈਂਸ ਬਿਸ਼ਟੋਈ ਦੇ ਨਾਲ ਜੁੜਦਾ ਜੀ ਹਾਂ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਦੇ ਨਾਲ ਸ਼ਾਹਬਾਜ਼ ਅंसारी ਦੇ ਨਾਮ ਜੁੜਦਾ ਜਿਕਰ ਰਿਪੋਰਟਾਂ ਦੀ ਮੰਨੀ ਤਾਂ ਦੱਸਿਆ ਜਾਂਦਾ ਹੈ ਕਿ ਸ਼ਾਹਬਾਜ਼ ਅंसारी ਖੁਦ ਇੱਥੇ ਨਹੀਂ ਹੈਗਾ ਦੁਬਈ ਦੇ ਵਿੱਚ ਹੈ ਪਰ ਸੰਪਰਕ ਜਿਹੜਾ ਸਿੱਧਾ ਉਸ ਦਾ 골ਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਨਾਲ ਹੈ ਸੋ ਹੁਣ ਸਿੱਧਾ ਤਾਰ ਜਿਹੜੀ ਇਹ ਸਿੱਧੂ ਮੂਸੇ ਵਾਲੇ ਦੇ ਕੇਸ ਦੀ ਉਹ ਪਾਕਿਸਤਾਨ ਦੇ ਨਾਲ ਜੁੜ ਗਈ ਹੈ ਪਾਕਿਸਤਾਨ ਤੋਂ ਹਥਿਆਰ ਸਪਲਾਈ ਕੀਤੇ ਗਏ ਸੀ ਇੰਨੇ ਖਤਰਨਾਕ ਹਥਿਆਰ ਮਾਪਿਆਂ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਸੀ ਕਿ ਆਖਰ ਇੰਨੇ ਖਤਰਨਾਕ ਹਥਿਆਰ ਕਿੱਥੋਂ ਆਏ ਇਸ ਦੀ ਜਾਂਚ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਸੁਦਾਸੀ ਕਿ NIA ਦੇ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਜਾਂਦੀ ਹੈ ਇਸ ਪੁੱਛਗਿੱਛ ਦੇ ਵਿੱਚੋਂ ਹੁਣ ਵੱਡੇ ਖੁਲਾਸੇ ਹੁੰਦੇ ਹੋਏ ਨਜ਼ਰ ਆਏ ਨੇ ਜਿਸ ਤੋਂ ਬਾਅਦ NIA ਦੇ ਜੋ ਜਿਨ੍ਹਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਉਹ ਖੁਦ ਵੀ ਹੈਰਾਨ ਹੋ ਗਏ ਕਿ ਕਿਸ ਤਰੀਕੇ ਦੇ ਨਾਲ ਕਿੰਨੀ ਚਲਾਕੀ ਦੇ ਨਾਲ ਇਹ ਸਾਰਾ ਜਿਹੜਾ ਮਾਸਟਰਮਾਈਂਡ ਪਲਾਨ ਜੋ ਹੈ ਬਣਾਇਆ ਗਿਆ ਸੀ ਤੇ ਕੀ ਵੇ ਪਾਕਿਸਤਾਨ ਤੋਂ ਜਿਹੜੇ ਇਹ ਹਥਿਆਰ ਸਪਲਾਈ ਕੀਤੇ ਗਏ ਸੀ ਕੱਲੋਂ ਕੱਲੇ ਕਿਸੇ ਨੂੰ ਖਬਰ ਨਹੀਂ ਹੋਣ ਦਿੱਤੀ ਜਿਸ ਤੋਂ ਬਾਅਦ ਸਿੱਧੂ ਮਸੇਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਹੁਣ ਲਗਾਤਾਰ ਵੱਡੇ ਖੁਲਾਸੇ ਸਿੱਧੂ ਮਸੇਵਾਲੇ ਦੇ ਕਤਲकांड ਦੇ ਵਿੱਚ ਹੁੰਦੇ ਜਾ ਰਹੇ ਨੇ ਇਨਸਾਫ ਹਜੇ ਨਹੀਂ ਮਿਲਿਆ ਇਨਸਾਫ ਦੇ ਲਈ ਆਵਾਜ਼ ਜ਼ਰੂਰ ਚੁੱਕਦੇ ਰਿਹਾ ਕਰੋ ਕਮੈਂਟਾਂ ਦੇ ਵਿੱਚ #justicefor sidhu moosewala ਜ਼ਰੂਰ ਲਿਖਣਾ ਜੀ